ਪਨਬਸ ਪੀਆਰਟੀਸੀ ਅਤੇ ਕੰਟਰੈਕਟ ਵਰਕਰਸ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ਦੇ ਬੱਸ ਸਟੈਂਡ 2 ਘੰਟੇ ਲਈ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਬਠਿੰਡਾ ਬੱਸ ਸਟੈਂਡ ਵਿਖੇ ਵੀ ਇਸ ਦੇ ਚਲਦੇ ਪ੍ਰਦਰਸ਼ਨ ਕੀਤਾ ਗਿਆ। ਆਪਣੀਆਂ ਮੰਗਾਂ ਮਨਵਾਉਣ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਸੰਬੰਧੀ ਅਗਲੇ ਸੰਘਰਸ਼ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਸਾਰੇ ਬੱਸ ਸਟੈਂਡ ਬੰਦ ਕਰਕੇ ਜਨਤਾ ਅਤੇ ਸਰਕਾਰ ਤੱਕ ਆਵਾਜ਼ ਪਹੁੰਚਾਈ ਗਈ। ਮੇਰਾ ਨਾਮ ਰਵਿੰਦਰ ਸਿੰਘ ਹੈ, ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਕੈਸ਼ੀਅਰ ਬਠਿੰਡਾ ਡਿਪੂ ਜੀ। ਇਹ ਜੋ ਜੀ ਜੋ ਪੰਜਾਬ ਸਰਕਾਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਝੂਠੇ ਲਾਰੇ ਲਾ ਕੇ ਅਤੇ ਸਾਡੇ ਨਾਲ ਜੋ ਸ਼ੋਸ਼ਣ ਕਰਦੀ ਆ ਰਹੀ ਹੈ, ਅਤੇ ਪਿਛਲੇ ਦਿਨੀ ਜਦੋਂ ਸਾਡੀ 14 ਤਰੀਕ ਨੂੰ ਜੋ ਹੜਤਾਲ ਸੀ ਉੱਥੇ ਮੀਟਿੰਗ ਦੇ ਕੇ ਅਤੇ ਸਰਕਾਰ ਨੇ ਉਦੋਂ ਸਾਡੇ ਤੋਂ 8 ਦਿਨਾਂ ਦਾ ਟਾਈਮ ਮੰਗਿਆ ਸੀ ਅਤੇ ਹੁਣ 15 ਦਿਨ ਉਸ ਚੀਜ਼ ਗੱਲ ਨੂੰ ਹੋ ਚੁੱਕਿਆ ਅਤੇ ਫਿਰ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਮੰਗ ਕਰਦੇ ਹਾਂ ਕਿ 14 ਤਰੀਕ ਨੂੰ ਜੋ ਸਾਡੇ ਤਨਖਾਹ ਬਾਬਤ ਫੈਸਲੇ ਲਏ ਗਏ ਸੀ ਉਹ ਲਾਗੂ ਕਰੇ ਜਾਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਖਾ ਕੀਤਾ ਜਾਵੇ। ਇਸ ਰੋਸ ਵਿੱਚ ਅਸੀਂ ਅੱਜ 2 ਘੰਟੇ ਬੱਸ ਸਟੈਂਡ ਬੰਦ ਕਰ ਰਹੇ ਹਾਂ। ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਹੈ ਸਾਰੇ ਬੱਸ ਸਟੈਂਡ ਅੱਜ 2 ਘੰਟੇ ਲਈ ਬੰਦ ਹੈ ਜੀ। ਇੱਕ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਸਰਕਾਰ ਨੂੰ, ਇਸ ਤੋਂ ਬਾਅਦ 11, 12 ਅਤੇ 13 ਤਰੀਕ ਨੂੰ ਸਾਡੀ ਅਣਮਿੱਥੇ ਸਮੇਂ ਲਈ ਹੜਤਾਲ ਹੈ ਜੀ ਅਤੇ 12 ਤਰੀਕ ਨੂੰ ਅਸੀਂ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨ ਜਾ ਰਹੇ। ਮੈਂ ਜੀ PRTC ਪਨਬੱਸ ਕੰਟਰੈਕਟਰ ਵਰਕਰ ਯੂਨੀਅਨ ਬਠਿੰਡਾ। ਸਾਡੀ ਸਰਕਾਰ ਨਾਲ ਮੀਟਿੰਗ ਰੱਖੀ ਗਈ ਜੀ 14 ਤਰੀਕ ਨੂੰ, ਜਿਹਦੇ ਸਾਡਾ 30% ਤਨਖਾਹ ਦਾ ਵਾਧਾ ਅਤੇ 2500 ਸਾਡਾ ਜਿਹੜਾ ਪਿਛਲਾ ਆਪਾਂ ਨੂੰ ਬੱਸ ਦੇ ਬਰਾਬਰ ਵਾਲੀ ਤਨਖਾਹ ਦਾ ਵਾਧਾ ਸੀ ਉਹ ਸਰਕਾਰ ਨੇ ਸਹਿਮਤੀ ਜਿਤਾਈ ਸੀ, ਪਰ ਹਜੇ ਤੱਕ ਜਿਹੜਾ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ ਸਾਨੂੰ ਨਹੀਂ ਭੇਜਿਆ। ਉਹਦੇ ਰੋਸ 'ਚ ਅਸੀਂ ਅੱਜ ਜਿਹੜਾ 2-2 ਘੰਟੇ ਪੰਜਾਬ ਭਰ 'ਚ ਬੱਸ ਸਟੈਂਡ ਬੰਦ ਰੱਖਾਂਗੇ ਅਤੇ 27 ਤਰੀਕ ਨੂੰ ਕਿਸਾਨ ਜਥੇਬੰਦੀਆਂ ਦਾ ਸਮਰਥਨ ਕਰਾਂਗੇ। ਬੰਦ ਦਾ ਜਿਹੜਾ ਉਹਨਾਂ ਦਾ ਕਾਲ ਹੈ ਉਹਦੇ ਵਿੱਚ 27 ਤਰੀਕ ਨੂੰ ਅਸੀਂ ਬੰਦ ਰੱਖਾਂਗੇ। ਜੇਕਰ ਸਰਕਾਰ ਇਹ ਨੋਟੀਫਿਕੇਸ਼ਨ ਅੱਜ ਨਹੀਂ ਜਾਰੀ ਕਰਦੀ ਤਾਂ ਅਸੀਂ 11, 12, 13 ਦੀ ਜਿਹੜੀ ਹੜਤਾਲ ਹੈ, 12 ਤਰੀਕ ਨੂੰ ਅਸੀਂ ਨਵੇਂ ਬਣੇ ਜਿਹੜੇ ਆਪਣੇ ਮੁੱਖ ਮੰਤਰੀ ਜੀ ਨੇ ਚਰਨਜੀਤ ਸਿੰਘ ਜੀ ਚੰਨੀ, ਉਹਨਾਂ ਦੀ ਰਿਹਾਇਸ਼ ਦਾ ਵੀ ਘਿਰਾਓ ਕਰਾਂਗੇ।